ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਾਲ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਪ੍ਰਿੰਸੀਪਲ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਦਿਖਾਉਣੀਆਂ, ਚਾਰੇ ਦੀਆਂ ਚਾਰੇ ਜਿਹੜੀਆਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ। ਆਹ ਬੱਚੇ ਜੇ ਜਿਹੜੇ ਇਹਨਾਂ ਦੇ, ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਚਲੋ ਵਧੀਆ, ਵੇਖ ਗਿਆ ਉਦਣ ਵਾਲਾ ਮਾਲ? ਫਿਰ ਕਿੰਨੇ ਕਾ ਫੋਨ ਫਾਨ? ਫੋਨ ਤੇ ਭਾਜੀ ਅੱਜ ਤੱਕ ਆਉਂਦੇ ਆ ਤੇ ਠੀਕ ਆ। ਤੇ ਅੱਜ ਸਾਰੀਆਂ, ਹਾਂਜੀ ਸਾਰੀਆਂ ਤਾਜ਼ੀਆਂ ਵਾ। ਠੀਕ ਆ, ਇੱਕ ਬੇਨਤੀ ਕਰਨੀ ਆ ਵੀ ਮੇਰਾ ਵੀਰ ਫੋਨ ਗੁਸਾਣ ਕਰੇ, ਉਹੋ ਹੀ ਲਾਏ ਜਿਹਦੀ ਸਲਾਹ ਘਰ ਪੱਕੀ ਆ। ਅੱਛਾ, ਟਾਈਮ ਖਰਾਬ ਕਰਨ ਵਾਲੇ ਜਿਹੜੇ ਨਾ, ਉਹ ਨਾ ਹੀ ਫੋਨ ਲਾਉਣ। ਅੱਛਾ, ਸਲਾਹ ਤੇ ਚਲੋ ਜੇ ਕਿਸੇ ਨੇ ਮਾਲ ਲੈਣਾ ਤੇ ਪੱਕੀ ਸਲਾਹ ਹੁੰਦੀ ਆ ਕਿ ਬੰਦੇ ਦੀ, ਫੇਰ ਹੀ ਕਿਸੇ ਨੇ ਫੋਨ ਲਾਉਣਾ ਹੁੰਦਾ। ਹਾਂਜੀ ਹਾਂਜੀ, ਜਿਹੜਾ ਵੀਰਾ ਨਹੀਂ ਲੈਣਾ ਉਹ ਫੋਨ ਨਾ ਲਾਏ ਮੇਰਾ ਜੀ। ਅੱਛਾ, ਮਾਲ ਫੋਨ ਉਹੋ ਲਾਏ ਜਿਹਨੇ ਮਾਲ ਲੈਣਾ। ਪਰ ਜਿੰਨੇ ਹੁਣ ਚਾਰ ਵਾਰੀ ਵੇਖ ਲੈ, ਪੰਜ ਵਾਰੀ ਵੇਖ ਲੈ, ਹੁਣ ਪੁੱਛਣਾ ਤੇ ਹੁੰਦਾ ਹੀ ਆ ਕਿ ਇਹਨੇ ਫੋਨ ਕਰਕੇ ਆਉਣਾ। ਫਿਰ ਭਾਜੀ ਹੁਣ ਜਦੋਂ ਐਵੇਂ ਉਹ ਜਿਹੜੇ ਪੁੱਛਣ ਵਾਲੇ ਆ ਉਹਨਾਂ ਨੂੰ ਅਸੀਂ ਗੱਲ ਕਰਦੇ, ਜਿਹੜੇ ਲੈਣ ਵਾਲੇ ਉਹਨਾਂ ਦਾ ਫੋਨ। ਇਹ ਚੀਜ਼ਾਂ ਨਾਲ ਨਾਲ ਚੱਲਦੀਆਂ ਹੀ ਰਹਿਣੀਆਂ ਵਾ, ਸਾਰੇ ਫੋਨ ਤੇ ਆਉਣੇ ਹੀ ਆਉਣੇ ਆ। ਨਹੀਂ ਕੋਈ ਗੱਲ ਨਹੀਂ, ਬਸ ਇੱਕ ਬੇਨਤੀ ਕੀਤੀ ਆ ਵੀ ਜਿਹੜਾ ਹੁਣ ਟਾਈਮ ਨਾ ਕਿਸੇ ਦਾ ਖਰਾਬ ਕਰੋ। ਹਾਂਜੀ ਹਾਂਜੀ, ਬਾਅਦ ਚੋਂ ਪੁੱਛ ਲੈ ਜੇ ਕਿਸੇ ਸਲਾਹ ਲੈਣੀ ਆ ਤੇ ਮਾਲ ਵਿਕ ਜਾਂਦਾ ਦੂਆ ਇੱਕ ਦੋ ਘੰਟੇ ਜੀ, ਉਹ ਫਿਰ ਸ਼ਾਮ ਨੂੰ ਲਾ ਲੇ। ਹਾਂਜੀ ਹਾਂਜੀ, ਚਲੋ ਨਾਮ ਦੱਸ ਦੇ ਕਰੀਏ। ਭਾਜੀ ਪ੍ਰਿਤਪਾਲ ਸਿੰਘ ਜੀ, ਹਾਂਜੀ, ਪਿੰਡ ਚਾਲ ਕਲਾਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਜੀ। ਤੇ ਫੋਨ ਨੰਬਰ ਬੋਲਦੇ? 77-91-95 ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਇੱਥੋਂ ਹੀ ਆਪਾਂ ਕਰਨੀ ਆ। ਬਾਕੀ ਇਹਦੇ ਮਗਰ ਵੱਛੀ ਬੜੀ ਕਮਾਲ ਦੀ ਆ ਵੱਛੀ ਭਾਜੀ, ਉਹਨਾਂ ਨੇ ਨਾ ਜਿਹੜੀ ਇਹਦਾ ਜਿਹੜਾ ਪਹਿਲੇ ਸੂਏ ਦੀ ਵੈੜ ਪਾਲੀ ਨਾ। ਅੱਛਾ, ਉਹ ਵੀ ਵੇਖਣ ਵਾਲੀ, ਮੇਰੇ ਕੋਲ ਵੀਡੀਓ ਨਹੀਂ ਬਣਾਈ ਗਈ। ਪਹਿਲੇ ਸੂਏ ਭਾਜੀ 25-26 ਕਿਲੋ ਦੁੱਧ ਦੇਦੀ ਹੈ ਗਾਂ ਦੀ ਵੱਛੀ ਜਿਹੜੀ। ਠੀਕ ਹੈ, ਇਹਦੇ ਵਾਲ ਵੱਛੀ ਵਾਲ ਝਾਤੀ ਮਰਾਓ ਕੀ ਚੀਜ਼ ਹੁੰਦੀ ਵੱਛੀ। ਹਾਂ ਦੇਖ ਸਕਦੇ, ਪਿੱਠ ਪੂੜਾ ਹੁਣ ਤੋਂ ਹੀ ਵੱਛੀ ਦੀ ਹਾਈਟ ਲੈਂਥ ਪੂਰੇ ਕਮਾਲ ਦੀ ਵੈੜ ਹੈ ਜਿਹੜੀ ਇਹਦੇ ਮਗਰ। ਜਿਹੜਾ ਭਾਜੀ ਇੱਕ ਗੱਲ ਹੋਰ ਆ, ਜੇ ਕਿਸੇ ਨੇ ਵੱਛੀ ਛੱਡਣੀ ਹੋਊਗੀ ਤਾਂ ਆਪਾਂ ਸੌਦੇ ਚੋਂ 5,000 ਦੀ ਵੱਛੀ ਕੱਟ ਲਾਂਗੇ। ਅੱਛਾ, ਜਿਹੜਾ ਗਾਂ ਦਾ ਜਿੰਨੇ ਦਾ ਸੌਦਾ ਆ ਜੂਗਾ ਨਾ। ਅੱਛਾ, 5,000 ਦੀ ਵੱਛੀ ਕੱਟ ਲਾਂਗੇ, 5,000 ਦੀ ਵੱਛੀ ਜਿਹੜੀ ਰਹਿਣ ਦੋਗੇ, ਵੱਛੀ ਕੱਟੀ ਜਾਊਗੀ ਭਾਜੀ। ਵੱਛੀ ਦਾ ਕੋਈ ਅੰਤ ਨਹੀਂ ਆ, ਸ਼ਾਮ ਮਹੀਨਾ 'ਚ ਵੱਛੀ ਬਣਾ ਕੇ ਦੱਸਾਂਗੇ ਪੂਰੀ। ਜਿਹੜਾ ਕੋਈ ਸਾਂਭਣ ਵਾਲਾ ਨਾ ਮੱਛੀਆਂ ਸਾਂਭਣ ਵਾਲਾ, ਉਹ ਕੋਈ ਵੀਰ ਖੜੇ ਉੱਥਾਈ ਵੇਖੋ ਭਾਜੀ, ਪਿੱਠ ਪੂੜਾ ਹੁਣ ਤੋਂ ਹੀ ਆਪਾਂ ਦੇ ਸਕਦੇ ਹਾਂ। ਜਿਆਦੀ ਚੰਗੀ ਵੱਛੀ ਆ ਇਹ। ਠੀਕ ਹੈ ਜੀ, ਬਾਕੀ ਗਾਂ ਵੀ ਭਾਜੀ ਬਹੁਤ ਚੰਗੀ ਆ, ਸਿੰਘ ਵੀ ਦਗਾਤੇ ਆ ਵੱਛੀ ਦੇ, ਸਿੰਘ ਦਗਾਤੇ ਭਾਜੀ। ਤੇ ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ? ਇਹਨੂੰ ਭਾਜੀ ਸੂਈ ਨੂੰ 20 ਤੋਂ ਵੱਧ ਹੀ ਹੋ ਗਏ ਹੋਣਗੇ, ਪਰ 20 ਲਾ ਲਓ ਤੁਸੀਂ, ਉਹਦਾ ਕਈ ਦਹਾਂ ਦਿਨਾਂ ਦੇ ਵੀ ਸਿੰਘ ਦਗਾ ਦਿੰਦੇ ਆ। ਹਾਂਜੀ ਹਾਂਜੀ, 15 ਦਿਨਾਂ ਦੇ ਹੋਣੇ ਤਾਂ, ਪਰ 20 ਲਾ ਲਓ, 20 ਤੋਂ ਭਾਵੇਂ ਵੱਧ ਵੀ ਲਾ ਸਕਦਾ ਕੋਈ। ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ ਇਸ ਟਾਈਮ ਭਾਜੀ ਮੌਕੇ ਤੇ 18 ਕਿਲੋ ਤਿਆਰ ਆ। ਤਿਆਰ ਜਿਹੜਾ 18 ਲੀਟਰ ਤਿਆਰ ਆ ਭਾਜੀ, ਕੱਲ ਸ਼ਾਮਾਂ ਦੀ ਆਈ ਆਪਣੇ ਕੋਲ। ਠੀਕ ਹੈ, ਦੁੱਧ 20 ਕਿਲੋ ਕਹਿੰਦੇ ਬੰਦੇ, ਕਹਿੰਦੇ ਕਰ ਜਾਣਾ ਇਹਨੇ। ਠੀਕ ਹੈ, ਫਲ ਫੁਲ ਪਾਉਂਦੇ ਆ ਉਹਦੇ ਫੀਡ ਪਾਉਂਦੇ ਆ, ਦੁੱਧ ਕਰ ਜੂਗੀ 20। ਤੋਰੋ ਫਿਰ ਤੋਰੋ ਇੱਕ ਰੀਨ। ਬਾਕੀ ਜਿਹੜੀ ਕਮਾਲ ਦੀ ਗੱਲ ਇਹ ਕਿ ਇਹਦੇ ਮਗਰ ਵੱਛੀ ਸਾਂਭਣ ਵਾਲੀ ਆ, ਪਿੱਛੋਂ ਵੀ ਸਾਂਭੀ ਆ, ਇਹ ਨਹੀਂ ਕਿ ਪਿੱਛੋਂ ਨਹੀਂ ਸਾਂਭੀ, ਪਿੱਛੋਂ ਵੀ ਸਾਂਭੀ ਆ ਵੱਛੀ। ਬਾਕੀ ਇਹ ਤੁਸੀਂ ਦੇਖ ਸਕਦੇ, ਇਹਦਾ ਵੀ ਚੰਗਾ ਕੱਦ ਕਾਠ ਆ। ਇਹ ਵੀ ਚੰਗੇ ਕੱਦ ਕਾਠ ਵਾਲੀ ਆ, ਦੁੱਧ 18 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ। ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲਿਜਾ ਸਕਦਾ। ਤੇ ਥਾਣੇ ਤੇ ਦੇਖ ਸਕਦੇ ਜੀ, ਆ ਭਾਜੀ ਇੱਕ ਥਾਣ ਤੇ ਨਾ ਮਾਸ ਜਿਹਾ ਲੱਗਾ, ਆ ਜਿਹੜਾ ਮਾਸ ਜਿਹਾ ਵਧਿਆ ਨਾ ਪਿੱਛੇ ਘਰ ਪੁੱਤ, ਇਹਦੀ ਨਹੀਂ ਕੋਈ ਗੱਲ, ਇਹ ਆਉਂਦਾ ਨਹੀਂ ਆ, ਇਹ ਜਮਾਂਦਰੂ ਏਦਾਂ ਜੇ ਭਾਜੀ, ਇਹ ਕੱਲਾ ਮਾਸ ਜਿਹਾ ਹੀ ਆ, ਮਾਸ ਜਿਹਾ ਹੀ ਆ ਜਿਹੜਾ, ਇਹ ਆਪਣੇ ਵੇਖ ਲਓ ਕੋਈ ਫੀਡ ਫੂਡ ਨਹੀਂ ਬਣਾਉਂਦੀ, ਏਦਾਂ ਹੀ ਆ। ਠੀਕ ਆ, ਆਉਂਦਾ ਆਉਂਦਾ ਨਹੀਂ ਮਾਸ ਹੀ ਆ, ਇੰਨਾ ਕੁ ਮਾਸ ਹੋ ਜਾਣਾ। ਤੇ ਮੁੱਲ ਇਹਦਾ ਫਿਰ? ਮੁੱਲ ਵੇਖ ਲਓ ਭਾਜੀ ਕਿੰਨਾ ਕੁ ਗੋਨਾ ਕਰ ਲਾਂਗੇ, ਜਿਆ ਜਿਆ ਕਰ ਦਈਏ ਮੁੱਲ ਇਹਦਾ ਭਾਜੀ, ਕੋਈ 65 ਨਹੀਂ ਕਰਨਾ, 70 ਨਹੀਂ ਕਰਨਾ। ਅੱਛਾ, 60 ਨਹੀਂ ਕਰਨਾ,
ਕਿੰਨਾ ਮਾਨ ਕਰਨਾ 55,000 ਛੱਡ ਦਾਂਗੇ 50 ਦੀ ਦੇ ਦਾਂਗੇ 18 ਕਿਲੋ ਦੁੱਧ ਜਿੱਦਾਂ ਮਰਜੀ ਕੋਈ ਚੋਈ ਜਾਏ 18 ਲੀਟਰ ਘਰੋਂ ਚੁਆ ਕੇ ਦੋ ਚੁਆ ਕੇ ਦੇਣਾ ਭਾਜੀ ਠੀਕ ਹੈ ਜੀ ਭਰੂਗੀ ਵੀ ਇਹ ਨਹੀਂ ਵੀ ਕਹਿਤਾ ਦੁੱਧ ਨਹੀਂ ਹੈਗਾ ਵੇਖੋ ਲੇਵਾ ਨਿਗਰਵਾਨੇ ਦੀ ਆ ਪੂਰੀ ਜਿਹੜੀ ਕੋਈ ਉਹੋ ਜੀ ਗੱਲ ਨਹੀਂ ਹੈਗੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹਦਾ ਭਾਜੀ ਉਹ ਮੱਛੀ ਜੇ ਉਹ ਡੱਬੀ ਅੱਛਾ ਡੱਬੀ 15 ਦਿਨਾਂ ਦੀ ਲਾ ਲੈ ਕੋਈ ਕਿੰਨੇ ਕੁ 15 ਦਿਨਾਂ ਦੀ ਆ ਮੱਛੀ ਇਹਦੇ ਮਗਰ ਹਾਂਜੀ ਆ ਮੱਛੀ ਡੱਬੀ ਜੇ ਠੀਕ ਆ ਸਾਰੀਆਂ ਮਗਰ ਮੱਛੀਆਂ ਹੀ ਅੱਜ ਕੇ ਅੱਛਾ ਸਾਰੀਆਂ ਹੀ ਮੱਛੀਆਂ ਹੀ ਆ ਮੱਛੀਆਂ ਹੀ ਅੱਜ ਸਾਰੀਆਂ ਮੱਛੀਆਂ ਹੀ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਭਾਜੀ ਆ ਵਿਚਾਤੀ 12 ਕਿਲੋ ਦੁੱਧ ਤਿਆਰ ਆ ਭਾਜੀ ਇਹਦੇ ਕੋਲ ਤੋਰੋ ਫਿਰ ਇਹਨਾਂ ਵਿੱਚ ਦੇਖੋ ਠੰਡੀ ਥਾਣ ਪਹਿਲਾਂ ਭਾਜੀ ਵਿਖਾਓ ਇਹਦਾ ਥਾਣ ਵੇਖੋ ਕੀ ਚੀਜ਼ ਲੱਗਾ ਮਈਆਂ ਵਾਲਾ ਥਾਣ ਮਾਦੇ ਦੁੱਧ 12 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਹੈ ਬਾਕੀ ਅੱਗੇ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਠੰਡੀ ਧੀਰੀ ਆ ਤੇ ਹੁਣ ਇਹਦੇ ਮਗਰ ਵੱਛੀ ਇਹਦੇ ਮਗਰ ਵੀ ਵੱਛੀ ਭਾਜੀ ਆ ਜਿਹੜੀ ਬੈਠੀ ਆ ਬੈਠੀ ਜਿਹੜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਜੀ ਕੋ 20 ਦਿਨ ਹੋ ਗਏ ਹੋਣਗੇ ਤੇ ਇਹਦੇ ਕੋਲ ਦੁੱਧ ਇਹਦੇ ਥਲੇ ਦੁੱਧ 14 ਕਿਲੋ ਭਾਜੀ ਪੱਕਾ ਤਿਆਰ ਆ ਭਾਜੀ ਇਹ ਵੀ ਮਚੋਗੀ ਆ ਵੱਛੀ ਤੋਰੋ ਹਾਂ ਫਿਰ ਇਹਨੂੰ ਸੂਆ ਕਿਨਵਾ ਇਹਦਾ ਪਹਿਲਾ ਭਾਜੀ ਸੂਆ ਜੀ ਅੱਛਾ ਇਹਦਾ ਪਹਿਲਾ ਹੀ ਸੂਆ ਵਾ ਅੱਛਾ ਜੀ ਬਾਕੀ ਸਾਰੀਆਂ ਸੂਈਆਂ ਹੀ ਆ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਖੜਿਆ ਕਰੋ ਇਹਦਾ ਮੁੱਲ ਪਰ ਹਰਪੀ ਭਾਈ ਜਿੰਨਾ ਮਰਜ਼ੀ ਕਰੀਏ ਦੁੱਧ 14 ਕਿਲੋ ਆ ਠੀਕ ਆ ਪੀੜੀ ਬੜੀ ਆ ਵੀ ਵੇਖ ਲਓ ਠੀਕ ਆ ਗ੍ਰਾਮ ਮੱਛੀ ਜੇ ਠੀਕ ਆ ਇਹਦਾ ਭਾਵੇਂ ਮੁੱਲ ਹਰਪੀ ਭਾਈ 45 ਕਰ ਲਈਏ ਜਿੰਨਾ ਮਰਜ਼ੀ ਕਰੀਏ 40 ਹਾਂਜੀ ਇਹ 36,000 ਦੀ ਦੇਣੀ ਜਿਹੜੀ ਜੈਸਨ ਹੋਣੀ ਆ ਅੱਛਾ 4,000 ਛੋੜ ਕੱਢਾਂਗੇ 35 ਦੀ ਦੇ ਦਾਂਗੇ ਅੱਛਾ 35,000 ਦੀ ਇਹ ਵੀ ਦੇ ਦੇਣੀ ਆ ਦੇਖ ਸਕਦੇ ਜੀ ਆਹ ਮੱਛੀ ਆ ਜਿਹੜੀ ਆਪਣੇ ਸਮਝਣਾ ਕੋਈ ਵੇਖ ਲੈ ਇਹਦੀ ਇਹਦੀ ਯਾਰ ਵੀ ਭਾਈ ਯਾਰ ਤਾਜ਼ੀ ਮੱਛੀ ਜੇ ਬਿਲਕੁਲ ਤਾਜ਼ੀ ਹੈ ਅੱਛਾ ਹਾਂਜੀ ਠੀਕ ਆ ਇਹ ਜਿਹੜੀ ਜਰਸੀ ਸਾਈਵਾਲ ਕ੍ਰੋਸ ਚ ਆ ਠੰਡੀ ਧੀਰੀ ਬੜੀ ਯਾਰ ਵੀ ਭਾਜੀ ਹੈ ਠੀਕ ਆ ਹਾਂਜੀ ਇਹਦੇ ਜਿਹੜਾ ਬੱਚੇ ਦਾ ਨਾੜੂ ਦੇ ਨਾਲ ਹੀ ਇਹ ਗੱਲਾਂ ਨਾੜੂ ਜਿਆ ਵੇਖ ਠੀਕ ਤੇ ਥਾਣੇ ਤੇ ਵੀ ਦੇਖ ਸਕਦੇ ਲੱਗ ਹੁਣ ਥੋੜਾ ਭਾਜੀ ਬਹੁਤ ਕੋਈ ਗੱਲ ਹੀ ਨਹੀਂ ਇਹਦੇ ਥੱਲੇ ਭਾਜੀ ਹੋਣੀ ਦੁੱਧ ਜਿਹੜਾ ਨਾ ਮਸ਼ੀ ਕੋ ਹਾਂਜੀ 14 ਕਿਲੋ ਜਵਾ ਕੇ ਦਵਾਂਗੇ ਕਿੰਨੇ ਦਿਨ ਹੋਏ ਸੋਈ ਨੂੰ ਅੱਜ 5ਵਾਂ ਹੋ ਜਾਊਗਾ 6ਵਾਂ ਦਿਨ ਹੋ ਜਾਊਗਾ ਇਹਦੇ ਥੱਲੇ ਤੇ ਕਿੰਨਾ ਚਵਾਈ ਜਾਊਗੀ ਇਹ ਭਾਜੀ ਕਿਲੋ ਖਣ ਵਾਜੂਗੀ ਜਿੰਨਾ ਹੋਣਾ ਇਹਨਾਂ ਦੇਈਏ ਇਹਨਾਂ ਬੜਾ ਠੀਕ ਆ ਜੀ ਆ ਜਿੰਨੀ ਨਿੱਕੀ ਉਨੀ ਤਿੱਖੀ ਐ ਡਾਲੇ ਵਾਲੀ ਫਿਰਦੀ ਹੋਣੀ ਆ ਤੋਰੋ ਹਾਂ ਫਿਰ ਇੱਕ ਰਿੰਨਾਂ ਵੀ 6 ਬੋਤਲ ਦੁੱਧ ਇਹਦੇ ਕੋਲ ਵੀ ਜਿਹੜਾ ਕਹਿੰਦੇ ਕਿ 14 ਲੀਟਰ ਜਿਹੜਾ ਕਹਿੰਦੇ ਚਵਾ ਦਾਂਗੇ ਬਾਕੀ ਚਵਾਈ ਤੁਸੀਂ ਆਪ ਕਰਕੇ ਖੜਨੀ ਹੈ ਜਿਹੜਾ ਕਬੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੇ ਬੱਚੇ ਦਾ ਥੋੜ੍ਹਾ ਜਿਹਾ ਵੱਧ ਕਰਦੀ ਹੈ
ਬੱਚੇ ਦਾ ਕਰਦੀ ਥੋੜਾ ਜਿਹਾ ਜ਼ਿਆਦਾ। ਤਾਜ਼ੀ ਸੂਈ ਹੈ ਬੱਚੇ ਦਾ, ਤਾਂ ਬੱਚੇ ਦੇ ਮਰ ਮਰ ਜਾਂਦੀ ਹੈ ਇਹਦੇ। ਠੀਕ ਹੈ ਜੀ, ਖੁੱਲੀ ਯਾਰ ਦਾ ਬੱਚੇ ਦਾ ਬੜਾ ਨਾਲ ਆਇਆ ਨੇ ਬੱਚਾ ਸੀ ਕਿਹਨੇ ਯਾਰ ਬੱਚਾ ਲਾਇਆ ਨਾਲ ਤੇ ਜਾਈ ਤੌੜ ਚਾਹੀਏ। ਤਾਂ ਵੀ ਭਾਜੀ ਫੁੱਲ ਗਰੰਟੀ ਦਵਾਂਗੇ, ਭਾਵੇਂ ਕੋਈ ਧਾਰ ਹੋਣਾ ਮਰਿਆ ਆਉਣ ਨਾਲ ਮੰਗਾ ਲਏ ਜਿੱਥੇ ਮਰਜ਼ੀ ਕਲਾ ਦਾਂਗੇ। ਕਿੰਨੇ ਦੁੱਧ ਦੀ? 12 ਕਿਲੋ ਦੀ ਫੁੱਲ ਗਰੰਟੀ, ਉਦਾਂ 14 ਸਾਡੇ ਘਰ ਅਜੇ ਕੋਈ 14 ਚਵਾ ਕੇ ਦਵਾਂਗੇ, ਪਰ ਜਿੱਦਾਂ ਆਨਲਾਈਨ ਕੇ ਵੀ ਨੇ ਮਾਲ ਮੰਗਾਉਣਾ ਹੋਵੇ ਤੇ 2 ਕਿਲੋ ਘੱਟ ਹੀ ਦੱਸਾਂਗੇ। ਫੁੱਲ ਗਰੰਟੀ ਵੀ ਜੀ ਜਿੱਦਾਂ ਮਰਜ਼ੀ ਚੋਈ ਜਾਏ ਕੋਈ। ਤੇ ਇਹਦਾ ਮੁੱਲ? ਇਹਦਾ ਮੁੱਲ ਭਾਜੀ ਕਰਦੇ ਆਪਾਂ 42,000। ਅੱਛਾ, ਇਹ ਆਪਾਂ ਦੇ ਦਾਂਗੇ ਰੁਪਏ 38,000 ਦੀ। 38,000 ਦੀ ਦੇ ਦਾਂਗੇ, 1000 ਛੱਡ ਦਾਂਗੇ, 37 ਦੀ ਦੇ ਦਾਂਗੇ। ਠੀਕ ਹੈ ਜੀ, ਉਹ ਚ ਹੋਰ 1000 ਛੱਡ ਦਾਂਗੇ, 36 ਦੀ ਦੇ ਦਾਂਗੇ ਭਾਜੀ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ? ਬਸ ਇਹੋ ਭਾਜੀ, ਇੱਥੇ ਆਓ ਆਪਣੀ ਤਸੱਲੀ ਕਰਕੇ ਕਰੋ, ਕਰੋ ਮਾਲ ਸਾਰਾ ਸੋਇਆ ਸਵਾਇਆ ਵਾ। ਠੀਕ ਹੈ, 4 ਵਛੀਆਂ ਆਪਣੇ ਕੋਲ ਇੱਥੇ ਆਓ, ਪਾਸ ਕਰੋ ਆਪਣੀਆਂ। ਠੀਕ ਹੈ ਜੀ, ਹਾਂਜੀ ਬਸ ਇਹੋ 4,000 ਸੂਈਆਂ ਵਾ, 4 ਮਗਰੀ ਵਛੀਆਂ ਵਾ। ਆ ਵਛੀਆਂ ਰੁਪਏ ਭਾਜੀ ਕੱਟ ਲਾਂਗੇ ਆਪਾਂ ਸੌਦੇ ਜੇ ਕੋ ਮੇਰਾ ਵੀਰ ਗਾਣਾ ਸੌਦਾ ਆ ਜੇ ਨਹੀਂ ਖੜਨੀ ਕਿਸੇ ਨੇ ਨਹੀਂ ਖੜਦਾ ਬੰਦਾ। ਠੀਕ ਹੈ, ਕੋਣ ਵਾਲਾ ਵਛੀ ਵੇਖੋ ਕੀ ਚੀਜ਼ ਆ। ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਮੱਛੀ ਵਿਖਾ ਦੋ ਇੱਕ, ਇੱਥੇ ਆ ਕੇ ਪਸੰਦ ਕਰਕੇ ਵੇਚ ਚਾਹ ਕੇ ਮੱਛੀ ਤੋਂ ਹੋਣੀ ਤਸੱਲੀ ਕਰਕੇ ਖੜੇ ਨਾਮੇ ਨਾਲ ਹੀ ਲੱਗਣ ਦੀ ਹੈ।